खडूर साहिब हलके तो अकाली दल के उम्मीदवार रविंदर सिंह ब्रह्मपुरा ने अपना चोन प्रचार जोरां शोरों नाल शुरू कर दिता है। इस चोन प्रचार दौरान रविंदर सिंह ब्रह्मपुरा वालों सबका विधायक रमनजीत सिंह सिक्की ते कैप्टन अमरिंदर सिंह उत्ते खूब निशाने साधे जा रहे हैं। इस तों इंज जाप रहा है कि ब्रह्मपुरा चोन प्रचार दौरान 2017 विधानसभा चोणां दीआं तैयारियां कर रहे हैं। खडूर साहिब सीट तो अकाली दल के उम्मीदवार रविंदर सिंह ब्रह्मपुरा ने अपना चोन प्रचार शुरू कर दिता है। इस चोन प्रचार दौरान रविंदर सिंह ब्रह्मपुरा मैदान चो बाहर हुई कांग्रेस पार्टी उत्ते खूब निशाने साध रहे ने। रविंदर सिंह ब्रह्मपुरा ने सबका विधायक रमनजीत सिंह सिक्की उत्ते निशाना साधते हुए कहा कि रमनजीत सिंह सिक्की ने श्री गुरु ग्रंथ साहब जी बेअदबी कारण चोन ना लड़न का फैसला किया है। उन्होंने सिक्की उत्ते पलटवार करते हुए कहा कि जो सिक्की ने 2012 च कांग्रेस की टिकट उत्ते चोन लड़ी सी उस समय वह अकाल तख्त साहब की बेअदबी भुल गए सन। ਕਿਸੇ ਵੀ ਬੰਦੇ ਨੂੰ ਕਿਸੇ ਨੂੰ ਇਨਸਾਨ ਨੂੰ ਵੀ ਆ ਆਖਿਆ ਕਿ ਉਹ ਅਸਤੀਫਾ ਦੇ ਸਕਦਾ ਵਾ ਉਹਦੀ ਮਰਜ਼ੀ ਦੀ ਗੱਲ ਹੁੰਦੀ ਆ, ਪਰ ਜਿਹੜਾ ਉਹਨਾਂ ਨੇ ਮੁੱਦਾ ਬਣਾ ਕੇ ਅਸਤੀਫਾ ਦਿੱਤਾ ਵਾ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਉਹਨਾਂ ਦੇ ਪੰਨੇ ਪਾੜੇ, ਉਹਨੂੰ ਤਕਲੀਫ ਹੋਈ, ਦਰਦ ਹੋਇਆ, ਸਾਨੂੰ ਵੀ ਬਹੁਤ ਵੱਡਾ ਤਕਲੀਫ ਹੋਈ, ਸਾਨੂੰ ਵੀ ਬਹੁਤ ਵੱਡਾ ਦਰਦ ਹੋਇਆ। ਅਸੀਂ ਵੀ ਸਿੱਖ, ਸਾਡਾ ਵੀ ਉਹ ਸਭ ਕੁਛ ਆ, ਗੁਰੂ ਗ੍ਰੰਥ ਸਾਹਿਬ ਸਾਡਾ ਸਭ ਕੁਛ ਆ। ਜਦੋਂ ਇਹਨਾਂ ਨੇ 12 ਦੇ ਵਿੱਚ ਉਸ ਪਾਰਟੀ ਤੋਂ ਚੋਣ ਲੜੀ ਸੀ ਕਾਂਗਰਸ ਪਾਰਟੀ ਤੋਂ, ਅਤੇ ਸ਼ਾਇਦ ਜਾਂ ਤਾਂ ਮੇਰਾ ਵੀਰ ਕਿਤੇ ਬਾਹਰਲੇ ਮੁਲਕ 'ਚ ਰਿਹਾ ਸੀ ਜਾਂ ਕਿਤੇ ਉਹ ਨਾ ਸਮਝ ਸੀ ਜਾਂ ਜਾਣਬੁੱਝ ਕੇ ਅਣਜਾਣ ਬਣਿਆ ਕਿ ਉਸ ਕਾਂਗਰਸ ਪਾਰਟੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ, ਸਾਡੇ ਹਰਿਮੰਦਰ ਸਾਹਿਬ 'ਤੇ ਗੋਲੀਆਂ ਚਲਾਈਆਂ, ਅਤੇ ਇਹਨਾਂ ਨੂੰ ਉਸ ਗੱਲ ਦੀ ਉਦੋਂ ਯਾਦ ਨਾ ਆਈ ਵੀ ਉਸ ਪਾਰਟੀ ਦੇ ਵਿੱਚ ਅਸੀਂ ਕਿਉਂ ਚੱਲੇ ਹਾਂ। ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਚੋਣ ਨਾ ਲੜਨ ਦੇ ਐਲਾਨ ਨੂੰ ਸਿਆਸੀ ਸਟੰਟ ਐਲਾਨਿਆ ਗਿਆ। ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਕਾਂਗਰਸ ਨੇ ਜੇਕਰ ਚੋਣ ਲੜਨੀ ਹੀ ਨਹੀਂ ਸੀ ਤਾਂ ਪਹਿਲੇ ਦਿਨ ਹੀ ਜਵਾਬ ਦੇ ਦਿੰਦੀ। ਕਾਂਗਰਸ ਪਾਰਟੀ ਵੱਲੋਂ ਲਗਾਤਾਰ ਰਾਜਨੀਤੀ ਕੀਤੀ ਗਈ ਅਤੇ 27 ਤਰੀਕ ਨੂੰ ਜਵਾਬ ਦੇ ਕੇ ਪੰਥਕ ਵੋਟ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਤਿਕਾਰਯੋਗ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਬਾਈਕਾਟ ਕੀਤਾ ਵਾ ਕਾਂਗਰਸ ਪਾਰਟੀ ਦਾ, 27 ਤਰੀਕ ਨੂੰ ਬਾਈਕਾਟ ਕੀਤਾ, ਅਤੇ ਮੈਂ ਇਹ ਪੁੱਛਣਾ ਚਾਹੁੰਦਾ ਵਾਂ ਕੈਪਟਨ ਸਾਹਿਬ ਨੂੰ ਕਿ ਜੇ ਇਹ ਧਾਰਮਿਕ ਮੁੱਦਾ ਸੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਹੀ ਮਸਲਾ ਤੁਸੀਂ ਐਂਡ 'ਤੇ ਰੱਖਣਾ ਸੀ 27 ਤਰੀਕ ਨੂੰ, ਅਤੇ ਜਿੱਦਣ ਅਨਾਊਂਸਮੈਂਟ 12 ਤਰੀਕ ਨੂੰ ਹੋਈ ਆ ਕਿ ਖਡੂਰ ਸਾਹਿਬ ਦੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਆ, ਤੁਸੀਂ ਉੱਦਣ ਹੀ ਕਹਿ ਦਿੰਦੇ ਕਿ ਸਾਡੀ ਪਾਰਟੀ ਨੇ ਇਲੈਕਸ਼ਨ ਨਹੀਂ ਲੜਨੀ, ਐਂਡ ਤੱਕ 27 ਤਰੀਕ ਤੱਕ ਕਿਉਂ ਵੇਟ ਕੀਤੀ ਤੁਸੀਂ ਜੀ। ਚੋਣ 'ਚੋਂ ਬਾਹਰ ਹੋਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਉੱਤੇ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਨਿਸ਼ਾਨੇ ਦੱਸ ਰਹੇ ਨੇ ਕਿ ਉਹ ਜ਼ਿਮਨੀ ਚੋਣ ਦੀ ਨਹੀਂ ਬਲਕਿ 2017 ਵਿਧਾਨ ਸਭਾ ਚੋਣਾਂ ਦੀ ਤਿਆਰੀ 'ਚ ਨੇ, ਜਿਸ ਕਰਕੇ ਉਹਨਾਂ ਵੱਲੋਂ ਕਾਂਗਰਸ ਪਾਰਟੀ ਖਾਸਕਰ ਰਮਨਜੀਤ ਸਿੰਘ ਸਿੱਕੀ ਉੱਤੇ ਖੂਬ ਨਿਸ਼ਾਨੇ ਸਾਧੇ ਜਾ ਰਹੇ ਨੇ ਤਾਂ ਜੋ ਆਗਮੀ 2017 ਵਿਧਾਨ ਸਭਾ ਚੋਣਾਂ 'ਚ ਉਹ ਆਪਣੀ MLA ਦੀ ਸੀਟ ਪੱਕੀ ਕਰ ਸਕਣ। ਬਿਊਰੋ ਰਿਪੋਰਟ, ਗਲੋਬਲ ਪੰਜਾਬ TV।